ਰੱਖੜੀ ਦਾ ਤਿਉਹਾਰ ਪੂਰੇ ਦੇਸ਼ ਭਰ ਦੇ ਵਿੱਚ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਮੈਂ ਇਸ ਵੇਲੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਉਹਨਾਂ ਭਰਾਵਾਂ ਦੇ ਰੱਖੜੀ ਬੰਨ੍ਹਣ ਵਾਸਤੇ ਭੈਣਾਂ ਆਈਆਂ ਨੇ, ਜਿਨ੍ਹਾਂ ਭੈਣਾਂ ਦੇ ਭਰਾ ਕਿਸੇ ਨਾ ਕਿਸੇ ਕ੍ਰਾਈਮ ਦੀ ਦੁਨੀਆ ਚਲੇ ਗਏ ਅਤੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਨੇ, ਪਰ ਹੁਣ ਕਿਤੇ ਨਾ ਕਿਤੇ ਜਾ ਕੇ ਇਸ ਦੁਨੀਆ ਤੋਂ ਨਿਕਲਣਾ ਚਾਹੁੰਦੇ ਨੇ। ਪਰ ਦੂਸਰੇ ਪਾਸੇ ਵੱਡੀ ਐਫਰਟਸ ਕੀਤੀ ਹੈ ਬਠਿੰਡਾ ਦੀ ਕੇਂਦਰੀ ਜੇਲ੍ਹ ਨੇ ਔਰ ਇਹਨਾਂ ਭੈਣਾਂ ਦੇ ਲਈ ਇੰਤਜ਼ਾਮ ਕੀਤੇ ਹੋਏ ਨੇ। ਅੰਦਰੀ ਮਿਠਾਈ ਦੇ ਇੰਤਜ਼ਾਮ ਤੋਂ ਲੈ ਕੇ ਰੱਖੜੀ ਤੱਕ ਦੇ ਇੰਤਜ਼ਾਮ ਨੇ ਜਿਹੜੇ ਅੰਦਰ ਕੀਤੇ ਹੋਏ ਨੇ। ਆਪਾਂ ਗੱਲਬਾਤ ਵੀ ਉਹਨਾਂ ਭੈਣਾਂ ਦੇ ਨਾਲ ਕਰਦੇ ਜਿਹੜੀਆਂ ਇੱਥੇ ਪਹੁੰਚੀਆਂ ਨੇ। ਕਿਸ ਜਗ੍ਹਾ ਤੋਂ ਪਹੁੰਚੇ ਹੋ ਜੀ? ਤੁਹਾਡੇ ਬ੍ਰਦਰ ਨੇ ਇਹ? ਪਟਿਆਲਾ ਤੋਂ ਪਹੁੰਚੇ ਸਰ। ਹਾਂਜੀ, ਬ੍ਰਦਰ ਨੇ ਮੇਰੇ। ਕੀ ਕਾਰਨ ਕੀ ਹੋ ਗਿਆ ਕਿ ਇਸ ਤਰ੍ਹਾਂ ਦੁਨੀਆ 'ਚ ਪੈ ਗਿਆ? ਅੱਜ ਭੈਣ ਬੈਠੀ ਹੈ, ਭੈਣ ਨੂੰ ਤਾਂ ਮੋਹ ਆਇਆ ਫਿਰ ਇਹਦਾ। ਕੀ ਕਹੋਗੇ ਭੈਣ? ਬਸ ਗਲਤੀ ਨਾਲ ਪੈ ਗਿਆ ਜੀ, ਸੰਗਤ ਮਾੜੀ ਸੀ ਦੋਸਤੀ ਕਾਰਨ। ਪ੍ਰਬੰਧ ਕਿਸ ਤਰ੍ਹਾਂ ਦੇ ਜੇਲ੍ਹ ਦੇ ਵਿੱਚ? ਰੱਖੜੀ ਦਾ ਤਿਉਹਾਰ ਹੈ, ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ, ਪ੍ਰਬੰਧ ਕੀ ਨੇ? ਬਹੁਤ ਵਧੀਆ ਲੱਗਿਆ ਸਰ, ਬਹੁਤ ਵਧੀਆ। ਮਤਲਬ ਰੱਖੜੀ ਤਿਉਹਾਰ ਬਹੁਤ ਵਧੀਆ ਮਨਵਾ ਰਹੇ ਨੇ ਅਤੇ ਟਾਈਮ ਵੀ ਦੇ ਰਹੇ ਨੇ ਮੁਲਾਕਾਤ ਲਈ ਵੀ। ਕਿੰਨੇ ਟਾਈਮ ਬਾਅਦ ਭਰਾ ਨੂੰ ਮਿਲੇ ਹੋ ਔਰ ਪ੍ਰਬੰਧ ਰੱਖੜੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਨੇ ਜੇਲ੍ਹ? ਬਹੁਤ ਵਧੀਆ ਨੇ, ਸਾਲ ਬਾਅਦ ਮਿਲੇ ਹਾਂ ਭਰਾ ਨੂੰ। ਹਾਂਜੀ, ਅਤੇ ਸਾਰਾ ਕੁਛ ਬਹੁਤ ਵਧੀਆ ਹੈ, ਵਧੀਆ ਫੀਲ ਹੋ ਰਿਹਾ ਅੱਜ ਮਿਲ ਕੇ ਭਰਾ ਨੂੰ। ਬਾਈ ਜੀ, ਕੀ ਕਾਰਨ ਸੀ ਕਿ ਇੱਥੇ ਆਉਣਾ ਪੈ ਗਿਆ? ਲੱਗਦਾ ਹੁਣ ਮਨ ਚੇਂਜ ਕੀਤਾ ਕਿ ਕ੍ਰਾਈਮ ਛੱਡ ਦਈਏ ਜਾਂ ਜੋ ਵੀ ਹੋਇਆਗਾ? ਹਾਂਜੀ ਸਰ, ਸਾਨੂੰ ਬਸ ਹੁਣ ਇਸ ਦੁਨੀਆ 'ਚ ਪੈ ਗਏ ਅਤੇ ਹੁਣ ਇਸ 'ਚੋਂ ਨਿਕਲਣਾ ਚਾਹੁੰਦੇ ਹਾਂ ਅਤੇ ਜੋ ਗਲਤੀਆਂ ਹੋਈਆਂ ਅਸੀਂ ਉਹ ਛੱਡਣਾ ਚਾਹੁੰਦੇ ਹਾਂ, ਜੋ ਸਾਡੇ ਤੋਂ ਗਲਤ ਕੰਮ ਹੋਏ। ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਆਪਣੇ ਭੈਣਾਂ ਨੂੰ ਮਿਲ ਕੇ। ਅਸੀਂ ਬਹੁਤ ਪਛਤਾ ਰਹੇ ਹਾਂ, ਅਸੀਂ ਗਲਤ ਕੰਮ ਕੀਤੇ ਦੇ ਅੰਦਰ ਆਏ ਅਤੇ ਜੋ ਸਾਡੀ ਭੈਣਾਂ ਨੂੰ ਉਰੇ ਆਉਣਾ ਪਿਆ, ਪਰ ਅਫਸਰ ਚੰਗੇ ਹੋਣ ਕਰਕੇ ਸਾਨੂੰ ਬਹੁਤ ਵਧੀਆ ਮਿਲਾ ਰਹੇ ਹਾਂ ਸਾਡੀ ਸਿਸਟਰਸ ਨਾਲ ਅਤੇ ਰੱਖੜੀ ਦਾ ਤਿਉਹਾਰ ਮਨਾ ਰਹੇ ਨੇ। ਪ੍ਰਬੰਧ ਅਫਸਰਾਂ ਨੇ ਕਿਸ ਤਰ੍ਹਾਂ ਦੇ ਕੀਤੇ ਨੇ ਜੇਲ੍ਹ ਦੇ ਵਿੱਚ? ਸਮਾਨ ਵਗੈਰਾ, ਮਿਠਾਈ ਵਗੈਰਾ ਅੰਦਰੋਂ ਮਿਲ ਗਿਆ ਸਾਰਾ ਕੁਝ? ਬਹੁਤ ਵਧੀਆ ਪ੍ਰਬੰਧ ਕਰੇ ਹਾਂ, ਧੰਨਵਾਦ ਕਰਦੇ ਹਾਂ ਅਫਸਰਾਂ ਦਾ, ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਸਭ ਬਹੁਤ ਵਧੀਆ ਅਫਸਰ ਨੇ ਜਿਨ੍ਹਾਂ ਨੇ ਸਾਨੂੰ, ਸਾਡੇ ਭੈਣਾਂ ਨੂੰ ਮਿਲਾਇਆ ਅਤੇ ਸਾਨੂੰ ਰੱਖਿਆ ਗਿਆ। ਤਸਵੀਰਾਂ ਵੇਖ ਲਓ ਇੱਕ ਵਾਰ ਕਿ ਇਸ ਤਰ੍ਹਾਂ ਉਹ ਲੇਡੀਜ਼ ਨੇ, ਉਹ ਭੈਣਾਂ ਨੇ ਜਿਨ੍ਹਾਂ ਦੇ ਭਰਾ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਇੱਥੇ ਪ੍ਰਬੰਧ ਨੇ ਜਿਹੜੇ ਉਹ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਨੇ। ਆਪਾਂ ਗੱਲਬਾਤ ਵੀ ਅਫਸਰਾਂ ਦੇ ਨਾਲ ਕਰਦੇ ਹਾਂ। ਕਾਲੋ ਸਾਹਿਬ, ਪ੍ਰਬੰਧ ਕਿਸ ਤਰ੍ਹਾਂ ਦੇ ਨੇ ਇਸ ਤਿਉਹਾਰ ਨੂੰ ਲੈ ਕੇ ਜੇਲ੍ਹ ਦੇ ਵਿੱਚ? ਕੀ ਪ੍ਰਬੰਧ ਕੀਤੇ ਹੋਏ ਨੇ ਤੁਹਾਡੇ ਵੱਲੋਂ? ਤੁਸੀਂ ਜਿਵੇਂ ਦੇਖ ਹੀ ਰਹੇ ਹੋ, ਅੱਜ ਰੱਖੜੀ ਦਾ ਤਿਉਹਾਰ ਮਨਾਉਣ ਦੇ ਲਈ ਡਾਇਰੈਕਸ਼ਨ ਸੀਗੀਆਂ ਮਾਨਯੋਗ CM ਸਾਹਿਬ ਦੀਆਂ ਅਤੇ ADGP ਜੇਲ੍ਹਾਂ ਜੀ ਦੀਆਂ। ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਘਰ ਵਰਗਾ ਜਿਹੜਾ ਮਾਹੌਲ ਮਿਲੇ, ਘਰ ਵਰਗਾ ਇੱਕ ਮਾਹੌਲ ਸਿਰਜ ਕੇ ਇਹਨਾਂ ਨੂੰ ਰੱਖੜੀ ਬੰਨ੍ਹਣ ਦਾ ਮੌਕਾ ਦੇ ਰਹੇ ਹਾਂ, ਤਾਂ ਕਿ ਇਹ ਇਸ ਚੀਜ਼ ਤੋਂ, ਜੇਲ੍ਹ ਤੋਂ ਬਾਹਰ ਨਿਕਲ ਕੇ ਬਾਰੇ ਸੋਚਣ ਅਤੇ ਅਗਲਾ ਰੱਖੜੀ ਜਿਹੜੀ ਆਪਣਾ ਤਿਉਹਾਰ ਘਰ ਮਨਾਉਣ। ਪੁਖਤਾ ਪ੍ਰਬੰਧ ਸੁਰੱਖਿਆ ਦੇ ਨਾਲ ਨਾਲ ਅਸੀਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਨੇ। ਇਸ ਤੋਂ ਬਿਨਾਂ ਅਸੀਂ ਭੈਣਾਂ ਦੇ ਲਈ ਸਿਟਿੰਗ ਅਰੇਂਜਮੈਂਟ, ਸਵੀਟਸ ਦਾ ਇੰਤਜ਼ਾਮ ਕੀਤਾ, ਪਾਣੀ ਦਾ ਇੰਤਜ਼ਾਮ ਕੀਤਾ, ਪੱਖੇ ਵਗੈਰਾ ਲਗਾਏ ਗਏ ਨੇ ਤਾਂ ਜੋ ਅੱਜ ਦਾ ਤਿਉਹਾਰ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ। ਸੁਰੱਖਿਆ ਦੇ ਲਿਹਾਜ਼ ਨਾਲ ਕਾਫੀ ਸੈਂਸਿਟਿਵ ਜੇਲ੍ਹ ਹੈ ਬਠਿੰਡਾ, ਜਿਹੜਾ ਬਾਹਰੋਂ ਮਠਿਆਈ ਵਗੈਰਾ ਦੇ ਇੰਤਜ਼ਾਮ ਕਿਵੇਂ ਅੰਦਰੋਂ ਕੀਤੇ ਨੇ? ਬਾਹਰ ਦਾ ਸਮਾਨ ਅੰਦਰ ਤਾਂ ਆ ਹੀ ਨਹੀਂ ਸਕਦਾ, ਅੰਦਰ ਇੰਤਜ਼ਾਮ ਕਿਸ ਤਰ੍ਹਾਂ ਦੇ ਤੁਹਾਡੇ ਵੱਲੋਂ? ਜਿਵੇਂ ਤੁਸੀਂ ਸਵਾਲ ਕੀਤਾ, ਇਹਦਾ ਇੱਕ ਬੜਾ ਵੱਡਾ ਡਾਇਰੈਕਸ਼ਨਸ ਨੇ ਸਰਕਾਰ ਦੀਆਂ ਕਿ ਬਾਹਰ ਵਾਲੀ ਈਟੇਬਲ ਗੁੱਡ ਕੋਈ ਵੀ ਨਹੀਂ ਆਏਗੀ। ਅਸੀਂ ਆਪਣੇ ਲੈਵਲ 'ਤੇ ਜਿਹੜੀ ਹੈ ਮਠਿਆਈ ਦਾ ਪ੍ਰਬੰਧ ਕਰਕੇ ਸਾਡੇ ਦੁਆਰਾ ਇੱਕ ਸਟਾਲ ਲਗਾਈ ਗਈ, ਕੰਟਰੋਲ ਰੇਟ 'ਤੇ ਜਿਹੜੀ ਮਿਠਾਈ ਦਾ ਪ੍ਰਬੰਧ ਇੱਥੇ ਕੀਤਾ ਗਿਆ, ਜੋ ਉੱਥੋਂ ਭੈਣਾਂ ਲੈ ਕੇ ਆਪਣੇ ਭਰਾਵਾਂ ਦੇ ਲਈ ਲੈ ਕੇ ਆ ਰਹੀਆਂ ਨੇ। ਬਾਹਰ ਰਸ਼ ਬਹੁਤ ਜ਼ਿਆਦਾ, ਲੰਬੀ ਲਾਈਨ ਵੇਖ ਰਹੇ ਹਾਂ, ਕਿੰਨੇ ਵਜੇ ਤੱਕ ਅਲਾਓ ਕਰੋਗੇ ਤੁਸੀਂ ਅੰਦਰ ਇਹਨਾਂ ਕੁੜੀਆਂ ਨੂੰ? ਅਸੀਂ ਅੱਜ ਸਾਰੇ, ਸਾਡੀ ਕੋਸ਼ਿਸ਼ ਹੈ, ਅਸੀਂ ਇੱਥੇ ਖੁਦ ਸਾਰੇ ਅਫਸਰ ਹਾਜ਼ਰ ਹਾਂ, ਸਾਰਿਆਂ ਦੇ ਜਿੰਨੀਆਂ ਵੀ ਭੈਣਾਂ ਆਈਆਂ ਸਾਰਿਆਂ ਨੂੰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਇਹਨਾਂ ਨੂੰ, ਸਾਰਿਆਂ ਨੂੰ ਰੱਖੜੀ ਅੱਜ ਬਣਾਈ ਜਾਏਗੀ। ਇੰਦਰਜੀਤ ਕਾਲੋ ਨੇ ਦੱਸ ਰਿਹਾ ਕਿ ਆਖਿਰਕਾਰ ਪ੍ਰਬੰਧ ਕਿਸ ਤਰ੍ਹਾਂ ਦੇ ਨੇ, ਕਿਉਂਕਿ ਉਹ ਭੈਣਾਂ ਨੇ ਆਪਦੇ ਭਰਾਵਾਂ ਦੇ ਰੱਖੜੀ ਬੰਨ੍ਹਣ ਦੇ ਲਈ ਇੱਥੇ ਪਹੁੰਚੀਆਂ ਨੇ ਔਰ ਪ੍ਰਬੰਧ ਨੇ ਜਿਹੜੇ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਫੀ ਪੁਖਤਾ ਕੀਤੇ ਹੋਏ ਨੇ, ਕਿਉਂਕਿ ਸੁਰੱਖਿਆ ਨੂੰ ਲੈ ਕੇ ਬਠਿੰਡਾ ਦੀ ਕੇਂਦਰੀ ਜੇਲ੍ਹ ਕਾਫੀ ਪਹਿਲਾਂ ਸੁਰਖੀਆਂ 'ਚ ਰਹੀ ਸੀ, ਪਰ ਪ੍ਰਬੰਧ ਨੇ ਜਿਹੜੇ ਆਲ ਇਜ਼ ਵੈਲ ਕੀਤੇ ਹੋਏ ਨਜ਼ਰ ਆ ਰਹੇ ਨੇ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।